ਹੈਲੋ, ਸਤਿ ਸ਼੍ਰੀ ਅਕਾਲ ਜੀ। ਵੈਲਕਮ ਟੂ ਸਵਾਦ ਖਾਣਾ। ਮੈਂ ਤੁਹਾਡੇ ਨਾਲ ਅੱਜ ਰੈਸਪੀ ਸ਼ੇਅਰ ਕਰੂੰਗੀ ਪਾਪਕੋਰਨ ਦੀ, ਜੋ ਆਪਾਂ ਫਰਾਈ ਪੈਨ ਦੇ ਵਿੱਚ ਬਣਾਵਾਂਗੇ ਵਿਦਆਊਟ ਮਾਈਕਰੋਵੇਵ। ਮੈਂ ਫਰਾਈ ਪੈਨ ਗਰਮ ਰੱਖਿਆ ਹੋਇਆ, ਗਰਮ ਹੈ ਵਿੱਚ ਮੈਂ ਮੇਰੇ ਕੋਲ ਕੋਰਨ ਪਾਪਕੋਰਨ ਹੈ, ਇਸ ਤਰ੍ਹਾਂ ਪਾ ਦਿੰਦੇ। ਆਪਾਂ ਕੋਈ ਘਿਓ ਨਹੀਂ ਯੂਜ, ਬਟਰ ਨਹੀਂ ਯੂਜ ਕਰਾਂਗੇ, ਕੋਈ ਆਇਲ ਨਹੀਂ ਯੂਜ ਕਰਨਾ, ਇਹ ਤੁਹਾਡੀ ਚੋਇਸ ਹੈ। ਅਗਰ ਤੁਸੀਂ ਯੂਜ ਕਰਨਾ ਚਾਹੁੰਦੇ ਹੋ, ਤੁਸੀਂ ਮੈਲਟਡ ਬਟਰ ਵਿੱਚ ਨਮਕ ਵਗੈਰਾ ਪਾ ਕੇ ਯੂਜ ਕਰ ਸਕਦੇ, ਬਟ ਮੈਂ ਬਿਨਾ ਬਟਰ ਤੋਂ ਔਰ ਬਿਨਾ ਕੁਛ ਆਇਲ ਤੋਂ ਇਸ ਤਰ੍ਹਾਂ ਪਲੇਨ ਹੀ ਬਣਾ ਰਹੀ ਹਾਂ। ਆਪਾਂ ਪਹਿਲਾਂ ਇਸ ਤਰ੍ਹਾਂ ਮੈਂ ਫਰਾਈ ਪੈਨ ਦੇ ਵਿੱਚ ਪਾ ਦਿੱਤੇ ਨੇ, ਅਤੇ ਹੁਣ ਆਪਾਂ ਗੈਸ ਬਿਲਕੁਲ ਮੇਰੀ ਤੇਜ਼ ਹੈ ਇਸ ਟਾਈਮ, ਪਾਪਕੋਰਨ ਆਪਣੇ ਸ਼ੁਰੂ ਹੋ ਗਿਆ ਪਾਪਕੋਰਨ। ਆਪਾਂ ਥੋੜ੍ਹੀ ਜਿਹੀ ਗੈਸ ਮੈਂ ਮੀਡੀਅਮ 'ਤੇ ਕਰ ਦੇਵਾਂਗੀ, ਫਿਰ ਇਸ ਤਰ੍ਹਾਂ ਸ਼ੇਕ ਕਰ ਦਾਂਗੇ। ਘੱਟ ਹੋ ਜਾਏਗੀ ਇਸ ਤਰ੍ਹਾਂ, ਆਪਾਂ ਵੀ ਬੰਦ ਕਰ ਦੇਵਾਂਗੇ। ਗੈਸ ਹੁਣ ਆਪਾਂ ਬੰਦ ਕਰ ਦਿੰਦੇ ਹਾਂ। ਆਪਾਂ ਹੁਣ ਚੈੱਕ ਕਰਦੇ ਹਾਂ, ਦੇਖੋ ਤੁਸੀਂ ਆਪਣੇ ਕੋਲ ਵਧੀਆ ਹੋ ਕੇ ਇਸ ਤਰ੍ਹਾਂ ਆਪਾਂ ਪਾਪਕੋਰਨ ਘਰ ਦੇ ਵਿੱਚ ਬਣਾ ਸਕਦੇ ਹਾਂ, ਬਿਨਾਂ ਨਮਕ, ਬਿਨਾਂ ਕਈ ਲੋਕ ਨਮਕ ਦੇ ਵਿੱਚ ਭੁੰਨਦੇ ਆ, ਔਰ ਮਾਈਕਰੋਵੇਵ ਦੇ ਵਿੱਚ ਆਪਾਂ ਇਸ ਤਰ੍ਹਾਂ ਫਰਾਈ ਪੈਨ ਦੇ ਵਿੱਚ ਪਾ ਕੇ, ਅਗਰ ਤੁਹਾਨੂੰ ਨਮਕ ਵਗੈਰਾ ਦੀ ਜ਼ਰੂਰਤ ਹੈ, ਬਟਰ ਵਗੈਰਾ ਤੁਸੀਂ ਵਿੱਚ ਮਿਕਸ ਕਰ ਸਕਦੇ। ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ, ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ। ਥੈਂਕ ਯੂ ਫੋਰ ਵਾਚਿੰਗ, ਬਾਏ।